ਹਾਂਜੀ ਵੀਰੇ, ਗੁੱਡ ਮੋਰਨਿੰਗ ਆ ਸਾਰਿਆਂ ਨੂੰ। ਅਤੇ ਬਾਕੀ ਆਪਣਾ ਇਹ ਆ ਵੀ ਚੈਨਲ ਸਬਸਕ੍ਰਾਈਬ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ, ਇਹ ਜ਼ਰੂਰੀ ਹੈ। ਅਤੇ ਤੁਹਾਡਾ ਆਪਣੇ ਚੈਨਲ ਦੇ ਵਿੱਚ ਆਰ ਡੀ ਬਲਿੰਗ ਬਲੌਗ ਦੇ ਵਿੱਚ ਸਵਾਗਤ ਹੈ। ਅਤੇ ਅੱਜ ਆਪਾਂ ਚੱਲੇ ਸੀਗੇ ਫੂਡ ਦਾ ਸਾਰਾ ਸਮਾਨ ਲੈਣ ਪਟਿਆਲੇ ਨੂੰ, ਅਤੇ ਉੱਥੇ ਜਾ ਕੇ ਬਾਕੀ ਦੀ ਵੀਡੀਓ ਬਣਾਵਾਂਗੇ। ਅਤੇ ਹੁਣ ਬਸ ਆ ਵੀਰਾ ਟੈਂਪੂ ਵਾਲਾ ਆ ਗਿਆ, ਆਪਾਂ ਛੋਟੇ ਹੱਥੀ ਕੀਤਾ ਸੀਗਾ ਅਤੇ ਉਹ 'ਚ ਚੱਲਾਂਗੇ। ਅਤੇ ਆਹ ਤੁਹਾਨੂੰ ਦਿਖਾ ਦਿੰਦਾ, ਅਤੇ ਆਹ ਵੀਰ ਦਾ ਟੈਂਪੂ ਆ। ਅਤੇ ਚਲੋ ਠੀਕ ਆ ਫਿਰ, ਓਕੇ। ਅਤੇ ਹਾਂਜੀ ਵੀਰੇ, ਆਪਾਂ ਲੱਗਦੇ ਹਾਂ ਤੁਰਨ। ਵੀਰ ਨੇ ਟੈਂਪੂ ਸਟਾਰਟ ਕਰ ਲਿਆ, ਬਾਕੀ ਤੁਹਾਨੂੰ ਉੱਥੇ ਜਾ ਕੇ ਸਾਰੀ ਵੀਡੀਓ ਦਿਖਾਵਾਂਗੇ ਵੀ ਕੀ ਹਿਸਾਬ ਕਿਤਾਬ। ਅਤੇ ਹੁਣ ਆਪਾਂ ਤੁਰਦੇ ਹਾਂ। ਚਲੋ ਠੀਕ ਆ, ਲਓ ਵੀ ਦੋਸਤੋ ਆਪਾਂ ਆ ਗਏ ਪਟਿਆਲੇ। ਹੋਰ ਅੰਕਲ ਆ ਕਿਵੇਂ ਆ? ਠੀਕ ਆ। ਅਤੇ ਆਪਾਂ ਆ ਗਏ ਪਟਿਆਲੇ। ਅੰਕਲ ਤੋਂ ਰਿੰਮ ਲੈ ਕੇ ਗਏ ਸੀ ਆਪਾਂ ਪਹਿਲਾਂ, ਇਹਨੇ ਆਪਾਂ ਨੂੰ ਪਛਾਣਿਆ ਨਹੀਂ। ਅਤੇ ਆਪਾਂ ਪਟਿਆਲੇ ਪਹੁੰਚ ਗਏ, ਆਪਣੇ ਲਈ ਤਾਂ ਖਜ਼ਾਨਾ ਇਹ ਅੰਕਲ, ਆਪਣੇ ਲਈ ਤਾਂ ਮਿੱਤਰੋ ਇਹ ਖਜ਼ਾਨਾ ਹੀ ਆ ਇੱਕ। ਬਾਕੀ ਜਿਹੜੇ ਤਾਂ ਇਸ ਚੀਜ਼ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ, ਉਹਨਾਂ ਲਈ ਤਾਂ ਖਜ਼ਾਨਾ ਹੀ ਆ, ਅਤੇ ਕਈਆਂ ਲਈ ਕਬਾੜ ਆ ਇਹ ਵੀ ਇੱਥੇ ਕੀ ਆ। ਇੱਥੋਂ ਮਤਲਬ ਆਪਾਂ ਨੇ ਤਾਂ ਇੱਥੋਂ ਹੀ ਚੀਜ਼ਾਂ ਸਾਰੀਆਂ ਖਰੀਦ ਲੈਣੀਆਂ ਨੇ। ਅਤੇ ਖਜ਼ਾਨੇ 'ਚ ਆਪਾਂ ਪਹੁੰਚ ਗਏ, ਅਤੇ ਆਪਾਂ ਪਹਿਲਾਂ ਖਰੀਦਦੇ ਹਾਂ ਫੋਰਡ 3600 ਦਾ ਪਾਵਰ ਸਟੇਅਰਿੰਗ ਹਿੱਸਾ T20 ਵਾਲਾ। ਅਤੇ ਬਾਕੀ ਆਪਣੇ ਕੋਲ ਲਿਸਟ ਹੈਗੀ ਆ, ਜੋ ਜੋ ਚੀਜ਼ਾਂ ਆਪਾਂ ਨੇ ਖਰੀਦਣੀਆਂ ਨੇ ਉਹ ਸਾਰੀਆਂ ਅੱਜ ਖਰੀਦ ਕੇ ਲੈ ਜਾਣੀਆਂ ਨੇ। ਅਤੇ ਆਪਾਂ ਨੇ ਚੱਲਦਾ ਕਰ ਦੇਣਾ ਝੋਟਾ ਆਪਣੇ ਵਾਲਾ, ਠੀਕ ਹੈ। ਅਤੇ ਬਾਕੀ ਆਪਣੀ ਵੀਡੀਓ ਮਗਰਲੀਆਂ ਵੀ ਦੇਖਿਆ ਕਰੋ, ਨੌਲੇਜ ਵਾਲੀਆਂ ਹੀ ਨੇ ਸਾਰੀਆਂ, ਕਿਉਂਕਿ ਪਹਿਲੇ ਪਾਰਟ ਤੋਂ ਜੇ ਤੁਸੀਂ ਦੇਖੋਗੇ ਤਾਂ ਤੁਹਾਨੂੰ ਸਾਰਾ ਟਰੈਕਟਰ ਮੋਡੀਫਾਈ ਘਰੇ ਕਰਨਾ ਵੀ ਆ ਸਕਦਾ। ਅਤੇ ਚਲੋ ਸੋ ਆਪਾਂ ਦੇਖਦੇ ਹਾਂ, ਠੀਕ ਆ, ਓਕੇ। ਅਤੇ ਹਾਂਜੀ ਦੋਸਤੋ, ਆਪਾਂ ਨੇ T20 ਵਾਲਾ ਹਿੱਸਾ ਲੈ ਲਿਆ, ਆਹ ਵੀਰ ਤੋਂ ਲਿਆ। ਜੇ ਕਿਸੇ ਨੂੰ ਲੋੜ ਹੋਵੇ ਜਦੋਂ ਮਰਜ਼ੀ, ਮੇਰਾ ਨਾਂ ਰਾਜਦੀਪ ਸਿੰਘ, ਆਪਣਾ ਨਾਂ ਲੈ ਕੇ ਜਾਂ ਮਰਜ਼ੀ ਲੈ ਜਾਓ। ਅਤੇ ਆਹ ਲਿਆ ਹਿੱਸਾ T20 ਦਾ, ਦੇਖੋ ਓਰਿਜਨਲ ਨਵਾਂ, ਸਾਰਾ ਸਮਾਨ ਜੈਨੂਅਨ ਨਵਾਂ ਲਿਆ। ਵੀਰ ਪਿਆ ਬਾਕੀ ਸਮਾਨ ਕੱਢਣਾ ਰਹਿੰਦਾ, ਅਤੇ ਉਹ ਤੁਹਾਨੂੰ ਨਾਲ ਦੀ ਨਾਲ ਦਿਖਾਈ ਜਾਵਾਂਗੇ। ਅਤੇ ਵੀਰ ਪੈਪਾਂ, ਹਾਂ, ਅਤੇ ਬਾਕੀ ਅਸੀਂ ਪੈਪਾਂ ਦਾ ਫਿਟਿੰਗ ਦੇਖ ਕੇ ਉਹਨਾਂ 'ਤੇ ਪੈਪ ਲੈਂਦੇ ਹਾਂ। ਅਤੇ ਆਹ ਦੇਖੋ ਇਹ ਆਪਣੇ ਲਈ ਤਾਂ ਖਜ਼ਾਨਾ, ਠੀਕ ਹੈ, ਓਕੇ। ਅਤੇ ਹਾਂਜੀ ਦੋਸਤੋ, ਆਪਾਂ ਨੇ ਆਹ ਦੁਕਾਨ 168 ਨੰਬਰ ਤੋਂ ਸਾਰਾ ਸਮਾਨ ਲਿਆ। ਅਤੇ ਬਾਕੀ ਤੁਸੀਂ ਆਪਣਾ ਵੀਡੀਓ ਦੇਖਦੇ ਹੋ ਸਾਰਾ, ਆਹ ਸਮਾਨ ਪਿਆ ਆਪਣਾ। ਬਾਕੀ ਨਾਲ ਹੁੰਦਾ ਦੇਖੋ, ਛੋਟਾ ਭਾਈ ਖਰੀਦਦੇ ਆ, ਸਾਰਾ ਸਮਾਨ ਆਪਾਂ ਨੇ ਖਾਸਾ ਲੈ ਲਿਆ, ਜਾਣ ਦੀ ਜਿਹੜਾ ਰਹਿ ਗਿਆ ਉਹ ਆਪਾਂ ਹੋਰ ਕਿਸੇ ਦੁਕਾਨ ਤੋਂ ਲੈਂਦੇ, ਥੋੜ੍ਹਾ ਮੋਟਾ ਸਮਾਨ ਰਹਿ ਗਿਆ। ਓਕੇ, ਇਹ ਦੁਕਾਨ ਬਾਈ ਇਹਨਾਂ ਦੀ 168 ਨੰਬਰ, ਮੋਹਿਤ ਗੁਪਤਾ ਬਾਈ ਦਾ ਨਾਂ ਆ, ਅਤੇ ਆਪਣਾ ਨਾਂ ਤੁਹਾਨੂੰ ਪਤਾ ਹੀ ਆ ਰਾਜਦੀਪ ਸਿੰਘ ਆ। ਜੇ ਕਿਸੇ ਨੇ ਸਮਾਨ ਲੈਣਾ ਹੋਊ ਆਪਣਾ ਨਾਂ ਲੈ ਕੇ ਆ ਜਾਓ, ਡਿਸਕਾਊਂਟ ਕਰੋਗੇ ਬੁਰਾ ਜ਼ਰੂਰ, ਹਾਂ, ਅਤੇ ਬਾਈ ਡਿਸਕਾਊਂਟ ਕਰਕੇ ਲਾਊਗਾ ਤੁਹਾਨੂੰ ਸਮਾਨ। ਓਕੇ ਹਾਂਜੀ ਵੀਰ ਜੀ, ਅੱਧਾ ਕੁ ਸਮਾਨ ਤਾਂ ਲੈ ਲਿਆ, ਹਿੱਸਾ ਹੁੱਸਾ ਆਪਾਂ ਨੇ ਲੈ ਲਿਆ, ਬਾਕੀ ਹੋਰ ਵੀ ਲੈ ਲਿਆ ਨਿੱਕਾ ਮੋਟਾ ਲਿੰਕਾਂ ਲੁੰਕਾਂ, ਅਤੇ ਹੁਣ ਹੋਰ ਦੇਖਦੇ ਹਾਂ। ਮਗਰ ਆਟ ਰਹਿ ਗਏ, ਹੋਰ ਵਿੱਚ ਰਹਿੰਦੀਆਂ ਨੇ ਕਈ ਚੀਜ਼ਾਂ, ਉਹ ਦੇਖ ਰਹੇ ਹਾਂ। ਚਲੋ ਠੀਕ ਆ, ਲੈ ਕੇ ਤੁਹਾਨੂੰ ਫਿਰ ਦੱਸਦੇ ਹਾਂ ਸਾਰਾ, ਓਕੇ ਜੀ। ਅਤੇ ਹਾਂਜੀ ਵੀਰੇ, ਆਪਾਂ ਨੇ ਆਹ ਦੁਕਾਨ ਤੋਂ ਮਗਰਾਟ ਲਏ ਨੇ, ਜੇ ਕਿਸੇ ਨੇ ਆਪਣਾ ਆਪਣਾ ਚੈਨਲ ਦੇਖ ਕੇ ਆ ਜਾਓ, ਆਪਣਾ ਯੂਟਿਊਬ 'ਤੇ ਚੈਨਲ ਆ ਵੀਰੇ, ਠੀਕ ਹੈ ਜੀ। ਅਤੇ ਜੇ ਤੁਹਾਡੇ ਕੋਲ ਮੇਰਾ ਨਾਂ ਲੈ ਕੇ ਕੋਈ ਆਉਂਦਾ, ਮਾੜਾ ਮੋਟਾ ਡਿਸਕਾਊਂਟ ਤਾਂ ਕਰੋਗੇ? ਭਾਜੀ ਜੋ ਕੰਪਨੀ ਦਾ ਬਿੱਲ ਹੈ ਉਸ ਤੋਂ ਘੱਟ ਨਹੀਂ ਦੇ ਸਕਦੇ। ਹਾਂ ਚਲੋ ਠੀਕ ਆ, ਅਤੇ ਝੂਠ ਬੋਲੀ ਜੀ, ਸਾਡੇ ਕੋਲ ਤਾਂ ਕਮਿਸ਼ਨ ਵਾਲੇ ਮਿਸਤਰੀ ਆਉਂਦੇ ਆ, ਆਪਾਂ ਉਹ ਕੰਮ ਨਹੀਂ ਕਰਦੇ ਬਾਈ। ਹਾਂ ਹਾਂ, ਨਾ ਨਾ, ਉਸੇ ਰੇਟ ਆ 1600 ਲਿਸਟ ਹੈ, ਠੀਕ ਹੈ। ਜੋ ਲਿਸਟ ਕੰਪਨੀ ਦੀ ਉਸ ਤੋਂ ਘੱਟ ਨਹੀਂ ਕਰ ਸਕਦੇ ਬਾਈ। ਹਾਂ 16,500 ਦੇ ਵੀਰੇ ਲਏ ਨੇ, ਆਹ ਓਰੀਜਨਲ ਨੇ, ਤੁਸੀਂ ਦੇਖ ਸਕਦੇ ਹੋ, ਆ ਮੋਹਰਾਂ ਲੱਗੀਆਂ ਹੋਈਆਂ ਨੇ, ਬਾਕੀ ਖੋਲ੍ਹ ਕੇ ਤੁਹਾਨੂੰ ਦਿਖਾਉਂਦੇ ਹਾਂ। ਅਤੇ ਚਲੋ ਠੀਕ ਆ, ਫਿਰ ਹੋਰ ਵੀ ਚੀਜ਼ਾਂ ਜਿਹੜੀਆਂ ਲਈਆਂ ਉਹ ਤੁਹਾਨੂੰ ਦਿਖਾਈ ਨਾਲ ਹੁੰਦੇ ਦਿਖਾਉਂਦੇ ਰਹਾਂਗੇ। ਅਤੇ ਆਹ ਅੰਕਲ ਜੀ ਕੋਲ ਇਹਦਾ ਦੂਆ ਸਪੇਅਰ ਪਾਰਟ ਦਾ ਸਮਾਨ ਆ, ਇੰਡੀਕੇਟਰ ਆ ਦੇਖੋ, ਆਪਾਂ ਨੇ ਉਹਦੇ ਲਏ ਨੇ ਮਿੰਡਾ ਦੇ ਓਰਿਜਨਲ, ਅਤੇ ਆਹ ਓਰਿਜਨਲ ਢੱਕਣ ਲਿਆ, ਟੈਂਕੀ ਢੱਕਣ, ਅਤੇ ਇੱਕ ਸਲਾਂਸਰ ਲਿਆ ਆਪਣਾ ਆਹ ਅੰਕਲ ਜੀ ਤੋਂ। ਇਹ ਊਂ ਦੇਖ ਲਓ ਤੁਸੀਂ, ਜੇ ਊਂ ਦੁਕਾਨ 'ਤੇ ਜਾਂਦੇ ਹੋ ਤਾਂ 2200 ਰੁਪਈਏ ਦਾ, ਅਤੇ ਆਪਾਂ ਅੰਕਲ ਜੀ ਨੇ ਆਪਾਂ ਨੂੰ 1400 ਰੁਪਈਏ ਦਾ ਲਾਇਆ। ਜੇ ਤੁਸੀਂ ਸਪੇਅਰ ਪਾਰਟ ਵਾਲੀ ਕਿਸੇ ਹੋਰ ਦੁਕਾਨ 'ਤੇ ਜਾਵੋਗੇ ਤਾਂ ਤੁਹਾਨੂੰ 2200 ਰੁਪਈਏ ਦਾ ਮਿਲੂਗਾ ਇਹ। ਅਤੇ ਸੋ ਥੈਂਕ ਯੂ ਅੰਕਲ ਜੀ ਕੋਲ ਆਪਣਾ ਨਾਂ ਲੈ ਦਿਓ, ਤੁਹਾਨੂੂੰ ਡਿਸਕਾਊਂਟ ਕਰਨਗੇ ਜ਼ਰੂਰ। ਅਤੇ ਬਾਕੀ ਚਲੋ ਠੀਕ ਆ, ਓਕੇ। ਅਤੇ ਹਾਂਜੀ, ਆਪਾਂ ਨੇ ਆਹ ਲਿਆ ਬੈਟਰੀ ਬਾਕਸ, ਆਹ ਵੀਰ ਤੋਂ ਲਿਆ, 191 ਨੰਬਰ ਦੁਕਾਨ ਆ। ਅਤੇ ਇਹ ਆਪਾਂ ਨੇ ਵੀਰ ਨੇ ਆਪਾਂ ਨੂੰ 1000 ਰੁਪਈਏ ਦਾ ਦਿੱਤਾ, ਜਦੋਂ ਮਰਜ਼ੀ ਆ ਕੇ ਵੀਰ ਤੋਂ ਲਿਜਾ ਸਕਦੇ ਹੋ, ਜਿੰਨੇ ਮਰਜ਼ੀ ਬੈਟਰੀ ਬਾਕਸ ਲਿਜਾ ਸਕਦੇ ਹੋ। ਚਲੋ ਠੀਕ ਹੈ ਜੀ, ਓਕੇ। ਅਤੇ ਲਓ ਵੀਰੇ, ਆਪਾਂ ਨੇ ਆਹ ਸਮਾਨ ਸਾਰਾ A to Z ਖਰੀਦ ਲਿਆ, ਅਤੇ ਬਾਕੀ ਇਹ ਤੁਹਾਨੂੰ ਸਾਰਾ ਖੋਲ੍ਹ ਕੇ ਘਰ ਜਾ ਕੇ ਦਿਖਾਉਂਦੇ ਹਾਂ ਵੀ ਕੀ ਕੀ ਚੀਜ਼ਾਂ ਨੇ। ਜ਼ਿਆਦਾਤਰ ਚੀਜ਼ਾਂ ਤਾਂ ਆਪਾਂ ਨੇ ਨਵੀਆਂ ਹੀ ਲਈਆਂ ਨੇ,
ਤੇ ਸੈਕਿੰਡ ਹੈਂਡ ਤਾਂ ਉਹ ਚੀਜ਼ ਲਈ ਆ ਜਿਹੜੀ ਨਵੀਂ ਕੋਈ ਨਹੀਂ ਮਿਲਦੀ ਤੇ ਚੱਲ ਜਿਹਦੇ ਨਾਲ ਚੱਲ ਜੂ ਵੀ ਕੋਈ ਖਰਾਬ ਨਹੀਂ ਹੋਊਗੀ ਤੇ ਆਪਾਂ ਆਹ ਬਾਈ ਦੇ ਹੁਣ ਮੜਾ ਜਾ ਪੂਰੀਆਂ ਛੋਲੇ ਵਾਲੇ ਦੇ ਖਾਣ ਖੜੇ ਆ ਤੇ ਚਲੋ ਬਾਕੀ ਤੁਹਾਨੂੰ ਘਰ ਜਾ ਕੇ ਦਿਖਾਉਂਦੇ ਆ ਵੀਡੀਓ ਤੇ ਆਹ ਸਮਾਨ ਆਪਾਂ ਨੇ ਸਾਰਾ ਲੱਦ ਲਿਆ ਠੀਕ ਆ ਤੇ ਭੁੱਖ ਲੱਗੀ ਪਈ ਸੀ ਅਸੀਂ ਤੜਕੇ ਦੀ ਰੋਟੀ ਸਾਜਰੇ ਨਿਕਲੇ ਸੀਗੇ ਤਾਂ ਆਪਣਾ ਮੰਨ ਲਓ ਉਰੇ 1 ਵਜਿਆ ਹੁਣ 1 ਵਜੇ ਆਪਾਂ ਉਹ ਨਿਕਲ ਗਏ ਤਾਂ ਸਾਜਰੇ ਸਾਰਾ ਸਮਾਨ ਇਕੱਠਾ ਹੋ ਗਿਆ ਤੇ ਚਲੋ ਠੀਕ ਆ ਜੀ ਤੇ ਹਾਂਜੀ ਮਿੱਤਰੋ ਆਪਾਂ ਪਹੁੰਚ ਗਏ ਘਰੇ ਆਹ ਦੇਖੋ ਆਪਾਂ ਨਵਾਂ ਓਰਿਜਨਲ ਚੁੱਲ੍ਹਾ ਅਤੇ ਨਵਾਂ ਹੀ ਹਿੱਸਾ ਆਹ ਟਾਈਮ ਪਲੇਟ 'ਚ ਬੋਰ ਕਰਾ ਲਿਆ ਉਹ ਪਿਆ ਨਵਾਂ ਇਹਦਾ ਉਹ ਪੰਪ ਪ੍ਰੈਸਰ ਅਤੇ ਆਹ ਪਈਆਂ ਨੇ ਨਵੀਂ ਟੈਂਕੀ ਲੋਹੇ ਵਾਲੀ ਆਹ ਨਵੀਆਂ ਲਿਆਂਦੀਆਂ ਨੇ ਉਹ ਪੈਪਾਂ ਆਹ ਦੇਖੋ ਬੈਟਰੀ ਬਾਕਸ ਆ ਨਵਾਂ ਹੈ ਨਾ ਅਤੇ ਆਹ ਆਰਮੀ ਡੋਰ ਆ ਨਵਾਂ ਇਹ ਵੀ ਨਵੀਆਂ ਬਾਕੀ ਇਹਦੇ ਉਹ ਪਏ ਨੇ ਅਤੇ ਆਹ ਦੇਖੋ ਆਹ ਦੇਖਣ ਵਾਲੀ ਚੀਜ਼ ਤਾਂ ਆਹ ਇਹ ਨੇ ਮਗਰਾਟ ਇਹ ਤੁਹਾਨੂੰ ਅਗਲੀ ਵੀਡੀਓ 'ਚ ਦਿਖਾਵਾਂਗੇ ਇਹਨਾਂ ਦੇ ਦਰਸ਼ਨ ਓਰਿਜਨਲ ਲਏ ਨੇ ਆਹ ਦੇਖ ਸਕਦੇ ਹੋ ਤੁਸੀਂ ਆ ਸਕਾਊਟ ਵਾਲਿਆਂ ਦਾ ਨਿਸ਼ਾਨ ਲੱਗੇ ਹੋਏ ਨੇ ਇਹਨਾਂ ਦੇ ਓਰਿਜਨਲ ਮਗਰਾਟ ਨੇ ਅਤੇ ਆਹ ਇੰਡੀਕੇਟਰ ਨੇ ਇਹ ਵੀ ਸਕਾਊਟ ਵਾਲਿਆਂ ਦੇ ਓਰਿਜਨਲ ਨੇ ਮਿੰਡਾਂ ਦੇ ਠੀਕ ਆ ਆਹ ਹੁੱਕ ਲਈ ਆ ਆਹ ਲਿੰਕਾਂ ਇਹ ਵੀ ਨਵੀਆਂ ਉਹ ਨਾਲ ਇਹਨਾਂ ਦੇ ਕਿਉਂਕਿ ਉਹ ਹਿੱਸੇ 'ਚ ਉਹ ਪੈਂਦੇ ਨਹੀਂ ਚੱਕੇ ਮੂਹਰਲੇ ਉਹ ਪੈਂਦੇ ਨਹੀਂ ਇਹ ਪੈਂਦੇ ਆਹ ਭੱਠੀ ਜਿਹੜੀ ਆਪਣੀ ਉਹ ਟੁੱਟੀ ਹੋਈ ਸੀ ਇਹ ਸਾਰੀ ਉਹ ਬਣੀ ਬਣਾਈ ਲੈ ਇਹ ਵੀ ਵਧੀਆ ਅਤੇ ਆਹ ਦੇਖੋ ਬੰਪਰ ਐਂਡ ਅਤੇ ਆਹ ਸੈਲਫ ਲਿਆਉਂਦੀ ਹੈ ਇੱਕ ਆਪਾਂ ਨੇ ਇਹਦੀ ਇਹਦੇ ਮਿੰਡਾਂ ਦੀ ਲਾਉਣੀ ਹੈ ਜਿਹੜਾ ਗੱਡੀ ਵਾਂਗ ਨਹੀਂ ਸਟਾਰਟ ਹੁੰਦੀ ਉਹ ਚੀਜ਼ ਆ ਬਾਕੀ ਹੋਰ ਵੀ ਕਈ ਚੀਜ਼ਾਂ ਲੈਂਦੀਆਂ ਨੇ ਉਹ ਹੌਲੀ ਹੌਲੀ ਤੁਹਾਨੂੰ ਰਿਵੀਲ ਕਰਦੇ ਹਾਂ ਅਤੇ ਆਹ ਦੇਖੀ ਚੱਲੋ ਇੱਕ ਆਹ ਸਲੈਂਸਰ ਦੇਖੋ ਸੱਚੋਂ ਉਹਦਾ ਲਿਆਂਦਾ ਆਪਾਂ ਨੇ 3630 ਵਾਲਾ ਇਹਦੇ ਆਹ ਲਾਉਣਾ ਸਲੈਂਸਰ ਇਹ ਵੀ ਪੂਰਾ ਟੋਪ ਦਾ ਉਹ ਸਟੇਅਰਿੰਗ ਉਹ ਵੀ ਨਵਾਂ ਇਹ ਚਲੋ ਨਾਲ ਫ੍ਰੀ ਮਿਲਿਆ ਸੀ ਬਾਕੀ ਇਹਦੇ ਸੰਗਲ ਵਾਲਾ ਲਾਉਣਾ ਆਪਾਂ ਨੇ ਅਤੇ ਆਹ ਇੱਕ ਇਹਦੇ ਆਹ ਚੀਜ਼ ਨਹੀਂ ਸੀਗੀ ਇਹ ਨਵੀਂ ਤਾਂ ਚਲੋ ਨਹੀਂ ਮਿਲੀ ਇਹਦੀ ਗੱਲਬਾਤ ਬਣਾਵਾਂਗੇ ਇਹ ਚੀਜ਼ ਇਹਦੇ ਟਰੈਕਟਰ 'ਤੇ ਲੱਗੀ ਨਹੀਂ ਸੀ ਇਹਦੇ ਸਿਰ 'ਤੇ ਉਹ ਸ਼ੋਅ ਖੜਨੀ ਆ ਆਹ ਹੁੱਕ ਇਹ ਆਪਾਂ ਨੇ ਲਿਆਂਦੀ ਆ ਅਤੇ ਹੋਰ ਤਾਂ ਬਸ ਠੀਕ ਆ ਲਿੰਕਾਂ ਦੇ ਵਿੱਚ ਲਾ ਸਮਾਨ ਪਿਆ ਅਤੇ ਥੈਂਕ ਯੂ ਬਾਕੀ ਆਪਣੀ ਹੁਣ ਆਊਗੀ ਵੀਡੀਓ ਕੱਲ੍ਹ ਨੂੰ ਇਹ ਵੀਡੀਓ ਇਹਨੂੰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਘੰਟੀ ਵਾਲਾ ਬਟਨ ਦੱਬ ਲਿਆ ਕਰੋ ਕਿਉਂਕਿ ਹੁਣ ਜਿਵੇਂ ਤੁਸੀਂ ਜੇ ਤਾਂ ਤੁਹਾਡਾ ਬਟਨ ਦੱਬਿਆ ਹੋਇਆ ਘੰਟੀ ਵਾਲਾ ਤਾਂ ਸਬਸਕ੍ਰਾਈਬ ਕੀਤਾ ਵਾ ਆਪਣਾ ਚੈਨਲ ਨਾ ਫਿਰ ਤਾਂ ਤੁਹਾਡੇ ਕੋਲ ਜਦੇ ਵੀਡੀਓ ਪਹੁੰਚੂ ਜੇ ਤੁਸੀਂ ਮੰਨ ਲਓ ਨਹੀਂ ਸਬਸਕ੍ਰਾਈਬ ਕਰਦੇ ਤਾਂ ਜਦੋਂ ਹੌਲੀ ਹੌਲੀ ਵੀਡੀਓ ਚੱਲਦੀ ਹੈ ਤਾਂ ਹੌਲੀ ਪਹੁੰਚਦੀ ਹੈ ਤਾਂ ਇਸ ਲਈ ਤੁਸੀਂ ਘੰਟੀ ਵਾਲਾ ਬਟਨ ਆਪਣਾ ਦੱਬਿਆ ਕਰੋ ਅਤੇ ਨਾਲ ਦੀ ਨਾਲ ਆਪਣੀਆਂ ਵੀਡੀਓ ਦੇਖੋ ਅਤੇ ਜੇ ਕਿਸੇ ਹੋਰ ਬਾਈ ਨੇ ਕੰਮ ਕਰਾਉਣਾ ਟਰੈਕਟਰ ਦਾ ਤਾਂ ਉਹ ਵੀ ਆਪਾਂ ਹੋਰ ਆਪਾਂ ਨੂੰ ਫੋਨ ਕਰਕੇ ਕਰਵਾ ਸਕਦਾ ਅਤੇ ਆਹ ਗੱਦੀ ਵੀ ਸੋਰੀ ਇੱਕ ਆਹ ਗੱਦੀ ਨਵੀਂ ਲਿਆਂਦੀ ਆਪਾਂ ਨੇ ਇਹ ਲਾਉਣੀ ਹੈ ਇਹਦੇ ਗੱਦੀ ਪੂਰੀ ਓਰਿਜਨਲ ਗੱਦੀ ਹੈ ਇਹ ਅਤੇ ਚਲੋ ਠੀਕ ਆ ਫਿਰ ਓਕੇ ਮਿਲਦੇ ਹਾਂ ਫਿਰ ਕੱਲ੍ਹ ਨੂੰ ਅਗਲੀ ਵੀਡੀਓ 'ਚ ਅੱਜ ਲਈ ਇੰਨਾ ਹੀ ਅਤੇ ਕੱਲ੍ਹ ਨੂੰ ਹੁਣ ਇਹਦਾ ਹਿੱਸਾ ਵੀ ਅੱਜ ਵੈਸੇ ਲਾ ਦੇਣਾ ਥੋੜ੍ਹਾ ਮੋਟਾ ਕੰਮ ਕਰਾਂਗੇ ਉਹ ਲਾ ਕੇ ਤੁਹਾਨੂੰ ਕੱਲ੍ਹ ਨੂੰ ਦਿਖਾਉਂਦੇ ਹਾਂ ਬਾਕੀ ਕਿੰਨੀ ਕੁ ਤਿਆਰੀ ਹੁੰਦੀ ਆ ਠੀਕ ਆ ਓਕੇ ਥੈਂਕ ਯੂ।